ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ 53 ਹੈ ਗੱਦੀ ਦੇਣ ਦੀਆਂ ਤਿਆਰੀਆਂ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੋ ਦੀਵਾਨ ਲੱਗਦੇ ਹੁੰਦੇ ਸਨ ਹਰ ਦਿਨ ਅੰਮ੍ਰਿਤ ਵੇਲੇ ਤੇ ਸੰਜਾਂ ਨੂੰ ਅਤੇ ਦੋ ਵੱਡੇ ਦੀਵਾਨ ਲੱਗਦੇ ਹੁੰਦੇ ਸਨ ਹਰ ਮਹੀਨੇ ਸੰਗ੍ਰਹਿਣ ਤੇ ਅਮਸਿਆਂ ਨੂੰ ਸੋਈ ਰੀਤ ਜਾਰੀ ਰਹੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਇਸ ਤਰ੍ਹਾਂ ਦੋ ਦੀਵਾਨ ਹੋਰ ਵਡੇਰੇ ਸਜਦੇ ਹੁੰਦੇ ਸਨ ਹਰ ਸਾਲ ਵੈਸਾਖੀ ਤੇ ਦੀਵਾਲੀ ਗੁਰੂ ਅੰਗਦ ਦੇਵ ਜੀ ਦੇ ਦੁਆਰੇ 1608 ਬਿਕਰਮੀ ਦੇ ਵੈਸਾਖੀ ਦੇ ਦੀਵਾਨ ਮਗਰੋਂ ਸੰਗਤਾਂ ਵਿਦਾ ਹੋ ਗਈਆਂ ਜੇ ਠਾੜ ਦੀ ਸੰਗਰਾਨ ਵੀ ਹੋਬੀ ਤੀ ਤਾਂ ਇੱਕ ਦਿਨ ਸ੍ਰੀ ਗੁਰੂ ਜੀ ਨੇ ਸ੍ਰੀ ਖੀਵੀ ਜੀ ਨੂੰ ਇਕਾਂਤ ਬੈਠ ਕੇ ਸਮਝਾਇਆ ਤੁਸਾਂ ਜੀ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਮੇਰੇ Swami ਜੀ ਨੇ ਆਪਣੇ ਸ਼ਰੀਰ ਹੁੰਦੇ ਆ ਆਪਣੀ ਜਗਤ ਉਧਾਰ ਦੀ ਸੇਵਾ ਮੇਰੇ ਮੋਢੇ ਤੇ ਧਰ ਦਿੱਤੀ ਸੀ ਦੇ ਮੇਰੀ ਰਹੀ ਪਰ ਵਿੱਚ ਬੈਠ ਕੇ ਕੰਮ ਉਹਨਾਂ ਨੇ ਆਪ ਕੀਤਾ ਮੈਂ ਤਾਂ ਚਰਨ ਸ਼ਰਨ ਸਮਾਇਆ ਉਨ੍ਹਾਂ ਦੇ ਦਰਸ਼ਨ ਕਰ ਕਰ ਖੀਵਾ ਹੁੰਦਾ ਰਿਹਾ ਗੁਰੂ ਨਾਨਕ ਦੇਵ ਹੁਣ ਉਹ ਪੋਟ ਕਿਸੇ ਹੋਰ ਕੰਦੇ ਧਰਨੀ ਚਾਹੁੰਦੇ ਹਨ ਕਿਸੇ ਨੂੰ ਕਿਵੇਂ ਕੋਈ ਕਿੰਤੂ ਕਰਨ ਦੀ ਖੇਚਲ ਨਾ ਹੋਵੇ ਇਸ ਲਈ ਤੁਸਾਂ ਨਾਲ ਗੱਲ ਕੀਤੀ ਹੈ ਅੱਜ ਖੀਵੀ ਜੀ ਸੁਣ ਕੇ ਤਰਭ ਗਏ ਤੇ ਫਿਰ ਧਰਮਾਧਾਰ ਕੇ ਬੋਲੇ ਕਿਵੇਂ ਦੇ ਬਚਨ ਕੀਤੇ ਨੇ ਸਾਹਿਬ ਜੀਓ ਤੁਸੀਂ ਜੁਗਾ ਸਲਾਮਤ ਰਹੋ ਗੁਰੂ ਨਾਨਕ ਦੀਆਂ ਸੰਤਾਂ ਦੇ ਵਾਸਤੇ ਕਿਸੇ ਦੇ ਸਤਕੇ ਦਰਸ਼ਨ ਨਸੀਬ ਹੁੰਦੇ ਰਹਿਣ ਦਾਸੀ ਨੂੰ ਵੀ ਸਦਾ ਜੇ ਸੁੱਖਾਂ ਨਾਲ ਆਪ ਚਾਹੁੰਦੇ ਹੋ ਵਧੇਰੇ ਲਿਵਲীন ਰਹਿਣਾ ਤਾਂ ਜੀ ਸਤਕੇ ਜਿਵੇਂ ਚਾਹੋ ਕਰੋ ਆਪ ਗੁਰੂ ਕੀ ਆਗਿਆ ਵਿੱਚ ਹੋ ਦਾਸੀ ਆਪ ਦੀ ਆਗਿਆ ਵਿੱਚ ਹੈ ਦਾਤਾ ਆਪ ਦੇ ਕੀਤੇ ਵਿੱਚ ਕਦੇ ਕੋਈ ਕਿੰਤੂ ਨਾ ਹੋਵੇ ਆਪ ਨੂੰ ਦੇਖ ਦੇਖ ਕੇ ਜੀਵਣ ਵਾਲੀ ਨੂੰ ਗੁਰੂ ਜੀ ਖੀਵੀ ਇਹ ਪੰਡ ਹੁਣ ਅਮਰਦਾਸ ਦੇ ਮੋਢੇ ਧਰੀ ਜਾਣੀ ਹੈ ਖੀਵੀ ਜੀ ਸਤ ਕੇ ਤਾਰੋ ਮੈਂ ਖੁਸ਼ ਆਪ ਦੀ ਖੁਸ਼ੀ ਵਿੱਚ ਪਰ ਦਾਸੂ ਦਾਤੂ ਪੁੱਤਰ ਪੰਨੇ ਦੇ ਮਾਣ ਵਿੱਚ ਹਨ ਦੇਖ ਵੀ ਚੁੱਕੇ ਹਨ ਹੱਡੀਆਂ ਵਾਪਰ ਚੁਕੀ ਨੇ ਪਰ ਮਾਇਆ ਢਾਡੀ ਹੈ ਗੁਰੂ ਜੀ ਇਹ ਸਾਨੂੰ ਪਤਾ ਹੈ ਕਿ ਤੁਸੀਂ ਰਜ਼ਾ ਵਿੱਚ ਰਾਜ਼ੀ ਹੋ ਸੋ ਪੁੱਤਰਾਂ ਦੀ ਗੱਲ ਦੀ ਵਿਚਾਰ ਕਰ ਲੋ ਇਨਨੇ ਨੂੰ ਸੱਦੇ ਹੋਏ ਦਾਸੂ ਦਾਤੂ ਜੀ ਵੀ ਆ ਗਏ ਮਾਂ ਨੇ ਪਾਸ ਬਿਠਾ ਕੇ ਹੋ ਰਹੀ ਗੱਲਬਾਤ ਸੋਹਣੀ ਤਰ੍ਹਾਂ ਸਮਝਾਈ ਤੇ ਪਿਤਾ ਆ ਗਿਆ ਵੇ ਟਰਨਣ ਦੀ ਪ੍ਰੇਰਣਾ ਪਿਆਰ ਨਾਲ ਕੀਤੀ ਪਰ ਦਾਸੂ ਨੇ ਸਾਰਾ ਕੁਝ ਸੁਣ ਕੇ ਕਿਹਾ ਮਾਂ ਜੀ ਪੁੱਤਰਾਂ ਦੇ ਹੁੰਦਿਆਂ ਦਾਸ ਦਾ ਹੱਕ ਕੀ ਹੋਇਆ ਗੁਰੂ ਜੀ ਗੁਰਿਆਈ ਦੀ ਪੋਟ ਗੋਰੀ ਹੈ ਤੁਸਾਂ ਦੇ ਚੱਕਣੇ ਦੀ ਨਹੀਂ ਇਸ ਦੇ ਚੱਕਣੇ ਦਾ ਬਲ ਕਰਤਾ ਪੁਰਖ ਨੇ ਅਮਰਦਾਸ ਵਿੱਚ ਭਰਿਆ ਹੈ ਪੁੱਤਰ ਪਨੇ ਦਾ ਹੱਕ ਤੁਸਾਨੂੰ ਪੁੱਛ ਚੁੱਕਾ ਹੈ ਸੰਗਰ ਦਾ ਘਰਬਾਰ ਮਾਲ ਮਿਲਖ ਮੇਰਾ ਮੇਰੇ ਪੁੱਤਰ ਤੁਸਾਨੂੰ ਮਿਲ ਚੁੱਕਾ ਹੈ ਗੁਰਿਆਈ ਦੀ ਪੰਡ ਅਮਰਦਾਸ ਨੂੰ ਚੁਕਾਉਣੀ ਹੈ 10 ਇਹ ਨਹੀਂ ਜਰ ਹੁੰਦਾ ਪਿਤਾ ਜੀਓ ਕਿ ਘਰ ਦਾ ਟਹਿਲਿਆ ਬਹੇ ਆਪ ਦੀ ਗੱਦੀ ਉੱਤੇ ਤੇ ਅਸੀਂ ਸੇਵਕ ਦੇ ਅੱਗੇ ਸੇਵਕ ਹੋ ਕੇ ਵਰਤੀਏ ਗੁਰੂ ਜੀ ਸੁਣ ਕੇ ਗੰਭੀਰ ਸੁਰ ਬੋਲੇ ਸਾਈਂ ਦਾ ਸੇਵਕ ਸਭ ਦਾ ਸਾਹਿਬ ਹੈ ਉਸ ਦੀ ਸੇਵਾ ਵਿੱਚ ਸਾਈਂ ਦੀ ਸੇਵਾ ਹੈ ਇਹ ਸੇਵਾ ਫਿਰ ਸਾਈਂ ਦੀ ਹੈ ਇਹ ਚਾਕਰੀ ਨਹੀਂ ਹਾਂ ਹਾਂ ਚਾਕਰੀ ਠਾਕਰੀ ਹੋ ਜਾਂਦੀ ਹੈ ਭਾਉ ਨਾਲ ਭਾਉ ਬਦਲਦਾ ਹੈ ਭਾਉ ਨਾਲ ਭਾਉ ਖਸਮ ਵਿੱਚ ਹੀ ਸਮਾ ਦਿੰਦਾ ਹੈ ਸਮਾਇਆ ਖਸਮ ਰੂਪ ਪੁੱਤਰ ਮੈਂ ਵੀ ਸੇਵਕ ਸਾਂ ਸਾਹਿਬ ਤਰੁਠ ਪਏ ਸੁਪੁੱਤਰਤਾ ਮਿਲੀ ਇਹ ਆਖਦੇ ਆ ਨੈਣ ਪਰਹਾਏ ਮਿੱਠੀ ਸੁਰ ਵਿੱਚ ਸਾਧੋਈ ਇਹ ਕਿਨੇ ਹੀ ਦਾਤ ਆਪਸਤੇ ਜੋ ਪਾਈਏ ਨਾਨਕ ਸਾਹਿਬ ਕਾ ਰਮਾਤ ਸਾਹਿਬ ਤੁਠੇ ਜੋ ਮਿਲੇ ਨੈਣ ਬੰਦ ਹੋ ਗਏ ਮਗਨਤਾ ਛਾ ਗਈ ਲੀਨ ਹੋ ਗਏ ਸਾਹਿਬ ਆਪਣੇ ਸਾਹਿਬ ਦੇ ਰੰਗ ਵਿੱਚ ਬੀਤ ਗਿਆ ਦਿਨ ਲਿਵ ਲੱਗੀ ਵਿੱਚ ਬੈਠਿਆ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾਹੀ ਕਿਸੇ ਕੇਰੀ ਬਾਤ ਸਚੈ ਨਾ ਹੁ ਕੁਛ ਦਿਨ ਹੋਰ ਬੀਤ ਗਏ ਕਿ ਇੱਕ ਦਿਨ ਦੋਹੇ ਪੁੱਤਰ ਮਾਂ ਪਾਸ ਆਏ ਮਾਂ ਲੋਕੀ ਤਾਨੇ ਦਿੰਦੇ ਹਨ ਕਿ ਤੁਸੀਂ ਨਲਾਇਕ ਹੋ ਬੈਠੇ ਦੇ ਬੈਠੇ ਰਹਿ ਗਏ ਤੇ ਟਹਿਲਿਆ ਜਾ ਕੇ ਗੋੰਦਵਾਲ ਸ਼ਾਹ ਬਣਦਾ ਜਾਂਦਾ ਹੈ ਕਿ ਵੱਡਾ ਸ਼ਾਹ ਹੁਣ ਆਪੇ ਟਰ ਟਰ ਕੇ ਉਸਦੇ ਦਵਾਰੇ ਜਾਂਦਾ ਹੈ ਮਾਤਾ ਜੀ ਜੇ ਕੋਈ ਮਿਰਗ ਨੂੰ ਪਠੋਰਾ ਕਹਿ ਦੇਵੇ ਤਾਂ ਕਿਸੇ ਦੇ ਕਹੇ ਤੇ ਮਿਰਗ ਪਠੋਰਾ ਬਣ ਜਾਊ ਮੈਂ ਕਹਿੰਦੀ ਆ ਤੁਸੀਂ ਨਲਾਇਕ ਨਹੀਂ ਭੱਲੇ ਹੋ ਭੱਲੇ ਪੁੱਤਰ ਹੋ ਪਰ ਲੋਕਾਂ ਦੇ ਕਹੇ ਕਿਉਂ ਟੋਰੋ ਆਪਣੇ ਸੱਚ ਨੂੰ ਆਪ ਸੱਚ ਸਮਝੋ ਹਾਂ ਇਹ ਮੈਂ ਕਹਿੰਦੀ ਹਾਂ ਕਿ ਤੁਸੀਂ ਕਸਤੂਰੇ ਮਿਰਗ ਵਾਂਗੂ ਮੁਸ਼ਕੀ ਹੋਏ ਮਹਾਪੁਰਖ ਨਹੀਂ ਹੋ ਪੁੱਤਰ ਮਾਂ ਅਸਾਂ ਕੀ ਕੀਤਾ ਹੈ ਹੈ ਮਾਤਾ ਜੀ ਮੜ ਕੁਛ ਨਹੀਂ ਕੀਤਾ ਪਰ ਅਨਕੀਤਾ ਰਹਿ ਗਿਆ ਹੈ ਕੁਛ ਉਹ ਹੈ ਬੰਦਗੀ ਉਤਰ ਤੁਸਾਂ ਵਿੱਚ ਕਮੀ ਨਹੀਂ ਇੱਕ ਹੋਰ ਯੋਗਤਾ ਦੀ ਲੋੜ ਹੈ ਗੁਰਮਤ ਦੀ ਕਸਤੂਰੀ ਦੀ ਪਿਤਾ ਨੂੰ ਗੁਰੂ ਸਮਝ ਕੇ ਗੁਰਮਤ ਵਿੱਚ ਲੀਨ ਹੋ ਜਾਓ ਫਿਰ ਸਮਝ ਖੁੱਲ ਪਾਓ ਕਿ ਜੋ ਕੁਛ ਗੁਰੂ ਨੇ ਕੀਤਾ ਹੈ ਤੇ ਕਰਨਾ ਹੈ ਉਹ ਧੁਰਦਾ ਕੀਤਾ ਹੈ ਮਾਤਾ ਸੁਲਖਣੀ ਜੀ ਨੂੰ ਗੁਰੂ ਬਾਬੇ ਨੇ ਆਖਿਆ ਸੀ ਕਿਸੇ ਦੇ ਹੱਥ ਕੁਛ ਨਹੀਂ ਇਹ ਸਭ ਕੁਝ ਗੱਦੀ ਦਾ ਦੇਣਾ ਕਰਤਾਰ ਦੇ ਅਧੀਨ ਹੈ ਬੇਟਾ ਗੁਰੂ ਕਰਤਾਰ ਦੀ ਰਜ਼ਾ ਵੇਖਦਾ ਹੈ ਤੁਸੀਂ ਨਹੀਂ ਪਰ ਤੁਸੀਂ ਪਿਤਾ ਗੁਰੂ ਦੀ ਰਜ਼ਾ ਤਾਂ ਵੇਖਦੇ ਹੋ ਲੀਨ ਹੋ ਜਾ ਉਸ ਗੁਰਮਤ ਵਾਲੀ ਰਜ਼ਾ ਵਿੱਚ ਦਾਸ ਫਿਰ ਦਾਸ ਦੇ ਦਾਸ ਹੋ ਵਰਤੀਏ ਦਾਤੂ ਜੇ ਹਾਂ ਵਿੱਚ ਹਾਂ ਰਲਾਈ ਚਲੀਏ ਤਾਂ ਮੈਨੂੰ ਕਿ ਦਾਸ ਨੂੰ ਗੱਦੀ ਮਿਲ ਜਾਏਗੀ ਮਾਂ ਮੁਸਕਰਾਈ ਤੇ ਬੋਲੀ ਇਹ ਉਹੀ ਭੋਲ ਹੈ ਹਾਂ ਬੇਟਾ ਗੱਦੀ ਦੁਨੀਆ ਦੀ ਵਿਰਾਸਤ ਨਹੀਂ ਇਹ ਧੁਰ ਦੀ ਮਿਲੀ ਤੇ ਧੁਰ ਤੋਂ ਮਿਲੀ ਜ਼ਿੰਮੇਵਾਰੀ ਹੈ ਕਿਸ ਨੂੰ ਨਿਭਾਉਣ ਵਾਲਾ ਤੋਰੋਂ ਆਉਂਦਾ ਹੈ ਚਾਹੋ ਆਉਂਦਾ ਹੀ ਰੋਸ਼ਨ ਹੋਵੇ ਗੁਰੂ ਜਿਵੇਂ ਗੁਰੂ ਨਾਨਕ ਚਾਹੋ ਕੁਛ ਸਮਾ ਸਿੱਖੀ ਕਮਾ ਕੇ ਹੋਵੇ ਰੋਸ਼ਨ ਜਿਵੇਂ ਤੁਹਾਡੇ ਪਿਤਾ ਜੀ ਤੇ ਹੁਣ ਅਮਰਦਾਸ ਜੀ ਬੱਚਾ ਫਿਰ ਕਿਹੜੀ ਜ਼ਿੰਮੇਵਾਰੀ ਹੈ ਜ਼ਰਾ ਸੋਚੋ ਹਰਦਰ ਆਏ ਦੇ ਪਾਪਾਂ ਦੀ ਹੂੰਡ ਖੱਖਰ ਨੂੰ ਛੇੜਨਾ ਉਸ ਦੇ ਮਾੜੇ ਕਰਮ ਕਟਣੇ ਹੈ ਇਹ ਗੋਬਿੰਦ ਰੂਪ ਗੁਰੂ ਦਾ ਹੀ ਕੰਮ ਹੈ ਇਹ ਜ਼ਿੰਮੇਵਾਰੀ ਹੈ ਭਾਰੀ ਦੇਣਾ ਹੈ ਲੈਣਾ ਨਹੀਂ ਤੁਸੀਂ ਮੰਗਦੇ ਹੋ ਗੁਰਿਆਈ ਸ੍ਰੀ ਅਮਰਦਾਸ ਜੀ ਲੈਣੋਂ ਨਾ ਪੇ ਕਰਦੇ ਹਨ ਤੁਸਾਂ ਦੀ ਬਿਰਤੀ ਮੰਗ ਵਿੱਚ ਹੈ ਉਸ ਦੀ ਬਿਰਤੀ ਦਾਤਾ ਪਦ ਵਿੱਚ ਹੈ ਉਹ ਜਾਣਦਾ ਹੈ ਗੱਦੀ ਲੈਣੀ ਸਦਾ ਦੇਣਾ ਹੀ ਦੇਣਾ ਹੈ ਇਸ ਕਰਕੇ ਨਾ ਕਰਦਾ ਹੈ ਤੁਸੀਂ ਸਮਝਦੇ ਹੋ ਇਹ ਲੈਣਾ ਹੀ ਲੈਣਾ ਹੈ ਸਿੱਖਾਂ ਵੱਲੋਂ ਇੱਜ਼ਤ ਮਾਨ ਤੰਦੌਲਤ ਇਹ ਮੰਦੀ ਮਤ ਹੈ ਤਿਆਗ ਦਿਓ ਧਾਰਨ ਕਰੋ ਗੁਰੂ ਦੀ ਮਤ ਨੂੰ ਜੋ ਮਤ ਦਿੰਦੇ ਹਨ ਤੁਹਾਡੇ ਪਿਤਾ ਜੀ ਧਾਰਨ ਕਰੋ ਸੁਖੀ ਹੋਵੋ ਪੁੱਤਰ ਜੋ ਕੰਮ ਕਰ ਨਾ ਸਕੀਏ ਹੱਥ ਨਾ ਪਾਈਏ ਹੱਥ پا ਕੇ ਛੜਿਆ ਹਾਰ ਤੇ ਨਮੋਸ਼ੀ ਗੱਲੇ ਪੈਂਦੀ ਹੈ ਤੇ ਕਈ ਵੇਰ ਦੁੱਖਾਂ ਦੇ ਮੂੰਹ ਆ ਜਾਈਦਾ ਹੈ ਚੁਰੰਜਵਾ ਹੈ ਗੁਰਗੱਦੀ ਸਮਰਪਣ ਹਾੜ ਤੋਂ ਪੋ ਤੱਕ ਇਸ ਪ੍ਰਕਾਰ ਦੀਆਂ ਸਮਝੌਤੀਆਂ ਦੇ ਕਈ ਸਮੇਂ ਆਏ ਗੁਰੂ ਜੀ ਬੜੇ ਮਿਰਦੁਲ ਸੁਭਾਅ ਵਾਲੇ ਸਨ ਖੇਚਲ ਦੇਣੀ ਉਹਨਾਂ ਦੇ ਇਰਾਦੇ ਵਿੱਚ ਨਹੀਂ ਸੀ ਸੁਖਦਾਤੇ ਦੁਖਪੰਜਨ ਸਵਾਮੀ ਸਨ ਸ੍ਰੀ ਅਮਰਦਾਸ ਜੀ ਲਈ ਬੜਾ ਕੋਲਾ ਦਿਲ ਰੱਖਦੇ ਸਨ ਚਾਹੁੰਦੇ ਸਨ ਬਿਨਾਂ ਖੇਚਲ ਕਾਰਜ ਹੋਵੇ ਉਧਰ ਖੇਚਲ ਦੇਣ ਵਾਲਿਆਂ ਲਈ ਵੀ ਤਰਸ ਰੱਖਦੇ ਸਨ ਕੂਲੇ-ਕੂਲੇ ਦਿਲ ਵਿੱਚ ਨਹੀਂ ਸਨ ਚਾਉਂਦੇ ਕਿ ਉਹ ਭੁੱਲ ਕਰਨ ਸਗੋਂ ਖੁੱਲ ਪੈਣੇ ਸੁਮਤ ਦੇ ਨੇਣ ਤੇ ਇਹਨਾਂ ਦੇ ਦਿਲਾਂ ਨੂੰ ਖੇਚਲ ਨਾ ਹੋਵੇ ਈਰਖਾ ਦੁਐਖ ਦੀ ਪਰ ਇਸ ਅਤ ਦੇ ਪਿਆਰ ਤੇ ਮਿਹਰ ਦੇ ਵਰਤਾਵ ਨੂੰ ਪੁੱਤਾਂ ਵੱਲੋਂ ਕਦੇ ਨਾ ਕਦੇ ਚੁੱਪ ਕਦੇ ਦਬਵੀ ਤੇ ਉਪਰੀ ਹਾਂ ਹੁੰਦਾ ਹੀ ਰੁੱਖਾ ਵਰਤਾਓ ਮਿਲਦਾ ਰਿਹਾ ਸਤ ਅੱਠ ਮਹੀਨੇ ਲੰਘ ਗਏ ਪੋ ਬੀਤਿਆ ਕਾਲ ਇਨੇ ਖੰਭ ਝਾੜੇ ਸੁੱਤੀ ਬਸੰਤ ਨੇ ਆਕੜ ਭੰਨੀ ਅੱਖ ਖੋਲੀ ਉਸ ਦੇਖ ਕੇ ਮਾਗ ਚੜ ਪਿਆ ਹੈ ਮਾਗ ਦੇ ਦੀਵਾਨ ਵਿੱਚ ਕੀਰਤਨ ਹੋਇਆ ਮਹਾ ਮਹਾ ਮੂਮਾਰਖੀ ਚੜਿਆ ਸਦਾ ਬਸੰਤ ਕੀਰਤਨ ਹੋ ਚੁੱਕਾ ਸੰਗਤ ਵਿਦਾ ਹੋ ਗਈ ਤਦ ਸਾਇਬਾਂ ਦੀ ਸਾਧੂ ਠੀ ਗਰਜ ਵੀ ਗੁਰੂ ਨਾਨਕ ਵਰਗੀ ਸਿਆਲੇ ਦੇ ਬੱਦਲ ਦੀ ਮਿੱਠੀ ਮਿੱਠੀ ਖਿਰਨ ਵੀ ਗਰਜ ਗੁਰੂ ਪਿਆਰੇ ਬਿਰਤ ਜੀਓ ਬਸੰਤ ਪੰਚਮੀ ਨੂੰ ਦੀਵਾਨ ਸਜੇ ਸਦੇ ਜਾਨ ਗੁਰੂ ਨਾਨਕ ਦੇ ਪਿਆਰੇ ਹਜ਼ੂਰੀ ਸਿੰਘ ਪਰਿਵਾਰ ਸਦੋ ਅਮਰਦਾਸ ਦਾ ਸੰਗ ਤਾਂ ਸਦੋ ਦੂਰ ਨੇੜਿਓਂ ਹਰੀਕੇ ਡੱਲੇ ਸੁਲਤਾਨ ਪਰਤੋਂ ਪਰਿਵਾਰ ਦੇ ਆਮਣ ਮੱਗੋਵਾਲ ਤੋਂ ਹੋਰ ਜਿਸ ਨੂੰ ਚਾਓ ਬਾਬੇ ਬੁੱਢੇ ਨੇ ਆਖਿਆ ਜੀਓ ਸਤਿਵਚਨ ਇਸ ਪ੍ਰਕਾਰ ਦੀ ਆਗਿਆ ਪਾ ਕੇ ਮਾਤਾ ਖੀਵੀ ਪੁੱਤਰ ਪਰਿਵਾਰ ਸ੍ਰੀ ਅਮਰਦਾਸ ਜੀ ਭਾਈ ਬੁੱਢਾ ਦੀ ਸਾਰੇ ਮੁਖੀ ਸਿੱਖ ਤੇ ਦੂਰ ਨੇੜੇ ਦੀਆਂ ਸੰਗਤਾਂ ਥਾਪੇ ਦਿਨ ਨੂੰ ਦੀਵਾਨ ਵਿੱਚ ਆ ਜੁਣੀ ਖਡੂਰ ਵਿੱਚ ਭਾਰੀ ਦੀਵਾਨ ਲੱਗ ਗਿਆ ਤਤ ਸਤਿਗੁਰੂ ਜੀ ਨੇ ਸ੍ਰੀ ਅਮਰਦਾਸ ਵੱਲ ਤੱਕ ਆਗਿਆ ਕੀਤੀ ਜੋ ਇਸ ਪ੍ਰਕਾਰ ਦੀ ਸੀ ਸੁਨ ਪੁਰਖਾ ਸ੍ਰੀ ਅਮਰ ਸੋ ਪਿਆਰੇ ਆਪ ਤੋਂ ਬੈਠੋ ਥਾਨ ਹਮਾਰੇ ਰਾਜ ਜੋਗ ਕੋ ਮਹਤ ਸਿੰਘਾਸਨ ਇਸ ਪਰ ਸੋ ਬੋ ਕਰੋ ਪ੍ਰਕਾਸ਼ਨ ਫਿਰ ਆਪ ਨੇ ਸ੍ਰੀ ਅਮਰਦਾਸ ਜੀ ਨੂੰ ਰਿੱਧ ਸਿੱਧ ਨਿਧ ਸਭ ਉੱਚ ਸ਼ਕਤੀਆਂ ਦੇ ਮੂਰਦਰਸ਼ਨ ਕਰਾਏ ਕਿ ਤੇਰੇ ਹੁਕਮ ਵਿੱਚ ਹੈ ਸ੍ਰੀ ਅਮਰਦਾਸ ਜੀ ਨੇ ਬਿਨੈ ਕੀਤੀ ਸ਼ਕਤੀਆਂ ਸਭ ਆਪ پاس ਹੋਣ ਤੇ ਮੈਂ ਸੇਵਾ ਵਿੱਚ ਹੋਵਾਂ ਤੇ ਸਦਾ ਰੰਗ ਇਹੋ ਰਹੇ ਗੁਰੂ ਜੀ ਨੇ ਫਰਮਾਇਆ ਸਦਾ ਰਹਿਣਾ ਸ਼ਰੀਰਾਂ ਦਾ ਧਰਮ ਨਹੀਂ ਹੁਕਮ ਹੁਣ ਤੁਸਾਂ ਲਈ ਕੰਮ ਕਰਨੇ ਦਾ ਹੈ ਆਤਮ ਸ਼ਕਤੀਆਂ ਤੁਸਾਂ ਦੇ ਹੁਣ ਬਸ ਹੋਣਗੇ ਇਹ ਤਾਕਤਾਂ ਵਰਤੋ ਜਾਂ ਨਾ ਤੁਸਾਂ ਦੀ ਖੁਸ਼ੀ ਆ ਗਿਆ ਮੇਰੀ ਹੁਣ ਇਉਂ ਹੀ ਹੈ ਕਿ ਤੁਸੀਂ ਗੁਰਿਆਈ ਦਾ ਕਾਰਜ ਕਰੋ ਪੰਡ ਚਾਉ ਗੁਰੂ ਨਾਨਕ ਦੀ ਜਗਤ ਨੂੰ ਰਸਤੇ ਪਾਓ ਨਾਮਦਾਨ ਦਿਓ ਇਸ ਬਾਬਤ ਸੂਰਜ ਪ੍ਰਕਾਸ਼ ਵਿੱਚ ਐਵੇਂ ਲਿਖਿਆ ਹੈ ਸਭਲ ਜਗਤ ਕੋ ਤੁਝ ਗੁਰ ਕੀ ਨਾਰਾਜ ਯੋਗ ਸਿੰਘਾਸਨ ਦੇ ਨ ਸਤਿਏ ਨਾਮ ਕਾ ਸਿਮਰਨ ਸਾਰੇ ਉਪਦੇਸ਼ੋ ਹੋਏ ਭਗਤ ਉਦਾਰੇ ਨਰਨ ਹਜ਼ਾਰਨ ਕੀ ਕਲਿਆਣ ਕਰੋ ਆਪ ਦੇਕਰ ਉਰ ਗਿਆਨ ਇਹ ਕਹਿ ਕੇ ਸ੍ਰੀ ਗੁਰੂ ਜੀ ਉੱਠੇ ਪੰਜ ਪੈਸੇ ਸ੍ਰੀ ਅਮਰਦਾਸ ਜੀ ਅੱਗੇ ਧਰ ਦਿੱਤੇ ਇੱਕ ਨਾਲੀਰ ਭਾਉ ਨਾਰੀਅਲ ਝੋਲੀ ਪਾ ਦਿੱਤਾ ਜਿਵੇਂ ਕਵੀ ਜੀ ਲਿਖਦੇ ਹਨ ਪੈਸੇ ਪੰਜ ਨਾਲੀਰ ਇੱਕ ਲੈ ਬੁੱਢੇ ਤੇ ਜਲਦ ਬਿਬੇਕ ਠਾਂਡੇ ਪਏ ਪਰ ਦਛਨਾ ਦੀਨੀ ਸ਼੍ਰੀ ਗੁਰ ਘਰ ਕੀ ਰੀਤ ਸੁਕੀਨੀ ਪੈਸੇ ਪੰਜ ਅਗਾਰੀ ਧਰੇ ਝੋਲੀ ਮਾਹੇ ਨਾਲੀ ਅਰ ਧਰੇ ਪਰ ਦਛਨਾ ਕਰਕੇ ਮੱਥਾ ਟੇਕਿਆ ਫਿਰ ਉੱਠੇ ਤੇ ਪਿਆਰ ਨਾਲ ਬਾਹੋਂ ਫੜ ਕੇ ਉਠਾ ਲਿਆ ਤੇ ਉਠਾ ਕੇ ਆਪਣੇ ਸਿੰਘਾਸਨ ਤੇ ਆਪ ਆਪਣੇ ਪਿਆਰ ਜ਼ੋਰ ਨਾਲ ਬਿਠਾ ਦਿੱਤਾ ਹੁਣ ਸਭਨਾਂ ਵੱਲ ਤੱਕ ਕੇ ਇੱਕ ਟਿਕਵੀ ਤੇ ਜੱਬੇ ਵਾਲੀ ਆਵਾਜ਼ ਵਿੱਚ ਬੋਲੇ ਜੈਸਾ ਕਿ ਲਿਖਿਆ ਹੈ ਮੇਰੇ ਸਿੱਖ ਪੁੱਤਰ ਕੇ ਦਾਸ अंतम समय जो रह मम पास सो सब उठो बंदना ठाणो नहीं अपर विद मन में आन सबतों पहले श्री बुड्ढा जी आगे हुए चरणा ते मथा टेक के आ गया अनुसार कुंगू कटोरी विचों उंगल रंग के श्री अमरदास जी दे रंग रतड़े मस्तक ते तिलक कर देता ते फिर चरणा ते शीश धर देता इस तो मगरो मुखी मुखी सिखा ने वारोवारी उठ के मथा टेक के ਤਦੋਂ ਸਤਗੁਰੂ ਜੀ ਨੇ ਪੁੱਤਾਂ ਵੱਲ ਤੱਕਿਆ ਪਰ ਉਹ ਨਾ ਉઠੇ ਨਾ ਸੀਸ ਨਵਾਇਆ ਫਿਰ ਸਾਰੀ ਸੰਗਤ ਨੇ ਵਾਰੋ ਵਾਰੀ ਨਮਸਕਾਰ ਕੀਤੀ ਸਤਗੁਰੂ ਜੀ ਬੋਲੇ ਜੈਸਾ ਕਿ ਲਿਖਿਆ ਹੈ ਪੁਨ ਸੰਗਤ ਮੈਂ ਕਹਿ ਸੁਣਾਈ ਮਮ ਸਰੂਪ ਅਬ ਇਹ ਸੁਹਾਈ ਮੂਹ ਮੈਂ ਇਸਮੇ ਭੇਦ ਨਾ ਜਾਣੋ ਇੱਕ ਸਰੂਪ ਇੱਕ ਸਰੂਪ ਦੋਹੋਂ ਨ ਕਉਮਾਨੁ ਫਿਰ ਰਬਾਬੀਆਂ ਨੇ ਕੀਰਤੀ ਗਾਵੀ ਤੇ ਮਨੋਹਰ ਕੀਰਤਨ ਕੀਤਾ ਗੜਾ ਪ੍ਰਸ਼ਾਦ ਵਰਤ ਕੇ ਗੱਦੀ ਦੇਣ ਦਾ ਦੀਵਾਨ ਸਮਾਪਤ ਹੋਇਆ ਸੂਚਨਾ ਮਹਿਮਾ ਪ੍ਰਕਾਸ਼ ਦੁਹਾ ਮੂਜ ਗੱਦੀ ਤਦੋਂ ਦਿੱਤੀ ਗਈ ਸੀ ਜਦੋਂ ਜੁਲਾਹੀ ਵਾਲਾ ਪ੍ਰਸੰਗ ਵਰਤਿਆ ਸੀ ਫਿਰ ਗੱਦੀ ਦੇ ਕੇ ਆਪ ਨੂੰ ਬਾਸਰ ਕੇ ਟੋਰ ਦਿੱਤਾ ਸੀ ਉਥੋਂ ਸਦਵਾ ਕੇ ਫਿਰ ਗੁਇੰਦਵਾਲ ਵਸਾਇਆ ਇਸ ਤਰ੍ਹਾਂ ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਈ ਬਰਸ ਪਹਿਲਾਂ ਮਿਲੀ ਬੰਸਾਵਲੀ ਨਾਮੇ ਮੁਜਬ ਇਹ ਪਹਿਲਾ ਵਾਕਿਆ 1605 ਦਾ ਹੈ। ਤਵਾਰੀ ਖਾਲਸਾ ਸਫਾ 573 ਵਿੱਚ ਜੁਲਾਹੀ ਦਾ ਪ੍ਰਸੰਗ ਹੀ ਗੁਰੂ ਅੰਗਦ ਦੇਵ ਜੀ ਦੇ ਸਮਾਉਣ ਦੇ ਨੇੜੇ ਦਿੱਤਾ ਹੈ। ਬੰਸਾਵਲੀ ਨਾਮੇ ਵਿੱਚ ਲਿਖਿਆ ਹੈ ਕਿ ਗੱਦੀ ਦੇਣ ਦਾ ਜ਼ਿਕਰ ਸਮਾਉਣ ਤੋਂ 9 ਮਹੀਨੇ ਪਹਿਲੇ ਕੀਤਾ ਤੇ ਗੱਦੀ ਜੋਤੀ ਜੋਤ ਸਮਾਉਣ ਦੇ ਨੇੜੇ ਦਿੱਤੀ। ਸੂਰਜ ਪ੍ਰਕਾਸ਼ ਨੇ ਜੁਲਾਹੀ ਵਾਲੇ ਪ੍ਰਸੰਗ ਸਮੇਂ ਮੇਰੋਈ ਲਿਖੀ ਹੈ। ਤੇ ਗੱਦੀ ਦੀ ਦਾਤ ਜੋਤੀ ਜੋਤ ਦੇ ਕੋਤਕ ਦੇ ਸਮੇਂ ਹੋਈ ਹੈ। ਤਵਾਰੀ ਖਾਲਸਾ ਤੋਂ ਇਹ ਵੀ ਪਤਾ ਚਲਦਾ ਹੈ ਕਿ ਗੱਦੀ ਮਾਗ ਵਿੱਚ ਦਿੱਤੀ ਸਫਾ 573 ਤੇ ਜੋਤੀ ਜੋਤ ਸਮਾਏ ਚੇਤ ਵਿੱਚ। ਫਿਰ ਸਫੇ 563 ਤੇ ਗੱਦੀ ਦੇਣ ਦੀ ਤਿੱਥੀ ਬਸੰਤ ਪੰਚਮੀ ਦਿੱਤੀ ਹੈ। ਸੋ ਠੀਕ ਇਉਂ ਜਾਪਦਾ ਹੈ ਕਿ ਮਿਹਰ 1605 ਵਿੱਚ ਕੀਤੀ ਗੱਦੀ 1609 ਦੇ ਮਾਗ ਵਿੱਚ ਦਿੱਤੀ ਤੇ ਜੋਤੀ ਜੋਤ ਸਮਾਉਣਾ 1609 ਦੇ ਚੇਤ ਵਿੱਚ ਹੋਇਆ ਇਹੋ ਕਰਮ ਅਸਾਂ ਇੱਥੇ ਦਿੱਤਾ ਹੈ 55 ਹੈ ਜੋਤੀ ਜੋਤ ਪੌਲਾ ਸਹਜੇ ਸਹਜੇ ਟਰ ਪਿਆ ਬਸੰਤ ਮਗਰੇ ਮਗਰ ਰੜਿਆ ਆਵੇ ਪਰ ਬੱਦਲ ਦੂਦ ਦਾ ਕੰਮ ਕਰਕੇ ਮੁੜ ਮੁੜ ਪਾਲੇ ਨੂੰ ਮੋੜ ਮੁੜ ਲਿਆਵਾਂ ਨਿਗ ਫੇਰ ਵੀ ਵੱਧੀ ਗਈ ਤੇ ਬਸੰਤ ਦਾ ਰੰਗ ਲੱਗਦਾ ਗਿਆ ਮਾਗ ਫਗਣ ਬੀਤ ਗਏ ਚੇਤਰ ਚੜਿਆ ਖਿੜ ਪਈ ਖੁੱਲੀ ਬਸੰਤ ਖਿੜ ਪਈਆਂ ਬਹਾਰਾਂ ਰੰਗ ਲੱਗ ਗਏ ਗੁਲਜ਼ਾਰਾਂ ਨੂੰ ਬਨ ਵੀ ਫੁੱਲ ਖਲੋਤੇ ਇੱਕ ਦਿਨ ਅਚਾਨਕ ਸਤਿਗੁਰੂ ਜੀ ਨੇ ਆਵਾਜ਼ ਦਿੱਤੀ ਅਸੀਂ ਹੁਣ ਸਮਾਵਾਂਗੇ ਇਹ ਸੋ ਸਾਰੇ ਪਸਰ ਗਏ ਸੁਣ ਸੁਣ ਸਭ ਦੇ ਸੀਨੇ ਪਰ ਆਏ ਤੇ ਨੈਣ ਵਹਿ ਵਹਿ ਟੁਰੇ ਗੋਇੰਦਵਾਲ ਵੀ ਸੋ ਆਪਣੀ ਸ੍ਰੀ ਗੁਰੂ ਅਮਰਦਾਸ ਜੀ ਸੁਣ ਕੇ ਥਰ ਰਾਏ ਸੁਣ ਸ੍ਰੀ ਅਮਰ ਅਦਕ ਅਕਲਾਏ ਨਹਿ ਪਹੁੰਚਾਏ ਢਿਗ ਬਿਨਾ ਬੁਲਾਏ ਬਿਨ ਬੁਲਾਏ ਹਾਜ਼ਰ ਹੋਣ ਦੀ ਆਗਿਆ ਨਹੀਂ ਨਾ ਗਏ ਬਿਨ ਬੁਲਾਏ ਹਿਰਦੇ ਵਿੱਚ ਵਸਦੇ ਪ੍ਰੇਮ ਰਾਜ ਜੀ ਵਿਆਕੁਲ ਕਰ ਰਹੇ ਹਨ ਇੱਕ ਪਾਸੇ ਸਤਿਗੁਰੂ ਸਦਾ ਸਦਾ ਜਾਗਦਾ ਦੇਵ ਦਿਸ ਰਹੇ ਹਨ ਦੂਜੇ ਪਾਸੇ ਪ੍ਰਤੱਖ ਦਰਸ਼ਨ ਦਾ ਪ੍ਰੇਮ ਖਿੱਚਾਂ ਮਾਰ ਰਿਹਾ ਹੈ ਸਦਾ ਵਿਛੋੜੇ ਦਾ ਖਿਆਲ ਅਣਿਆਲੇ ਤੀਰਾਂ ਦੀ 부ਛਾੜ ਕਰ ਰਿਹਾ ਹੈ ਵੈਰਾਗ ਛੁੱਟਦਾ ਹੈ ਨੈਣ ਭਰ ਭਰ ਆਉਂਦੇ ਹਨ ਵਿਚ ਆਰ ਫੁਰਦੀ ਹੈ ਸ਼ੁਕਰ ਸ਼ੁਕਰ ਆਖਦੇ ਹਨ ਨੈਣ ਠਲਿੰਦੇ ਹਨ ਪ੍ਰੇਮ ਹੁਲਾਰਾ ਮਾਰਦਾ ਹੈ ਬਿਰਹੋਂ ਦੀ ਖਿਰਨ ਛਿੜਦੀ ਹੈ ਗਿਆਨ ਦੀ ਚਮਕ ਵਜਦੀ ਹੈ ਬ੍ਰਮ ਦ੍ਰਿਸ਼ਟੀ ਅਵਿਛਣ ਮੇਲ ਦਰਸਾ ਰਹੀ ਹੈ ਕਿਰਤੇ ਗਏ ਤਾਂ ਫਿਰ ਪਿਆਰ ਹੁਲਾਰੇ ਮਾਰਦੀ ਹੈ ਸਤਸੰਗੀ ਪੀਂਗ ਵਾਂਗੂ ਮਨ ਦੇ ਗਗਨਾ ਵਿੱਚ ਕਈ ਰੰਗ ਤੁਨੁਸ਼ਤਾਰੀ ਹੋ ਰਹੇ ਹਨ ਇੱਕ ਦਿਨ ਮਿਹਰ ਹੋ ਗਈ ਸਿਖਾ ਗਿਆ ਇੱਕ ਆਖਣ ਲੱਗਾ ਚਲੋ ਮਹਾਰਾਜ ਜੀ ਸਤਗੁਰੂ ਜੀ ਯਾਦ ਕਰਦੇ ਹਾਂ ਹੁਣ ਸ਼ੁਕਰ ਦੀ ਮਿੱਠੀ ਮਿੱਠੀ ਫੁਹਾਰ ਲਥੀ ਤਨ ਦਾਤਾ ਤਨ ਅੰਤਰਿਆਮੀ ਤਨ ਬਿਰ ਤਨ ਬਿਰਤ ਪਾਲਨਾ ਤਨ ਤਨ ਕਰਦੇ ਗਮ ਹੋ ਗਏ ਆਪੇ ਵਿੱਚ ਕੁਛ ਚਿਰ ਮਗਰੋਂ ਉੱਠੇ ਤੇ ਟੁਰ ਪਏ ਪ੍ਰੀਤਮ ਦੇ ਦੇਸ਼ ਪਹੁੰਚੇ ਗੁਰਦੁਆਰੇ ਅੰਮਿਤ ਪਿਆਰ ਭਰੇ ਸਦੇ ਦੇ ਸ਼ੁਕਰਾਨੇ ਵਿੱਚ ਹਨ ਵਿਛੋੜੇ ਦੇ ਖਿਆਲ ਤੋਂ ਬਿਰਹੋਂ ਵਿੱਚ ਹਨ ਗੁਰੂ ਦੀ ਅਮਰਤਾ ਦੇ niche ਵਿੱਚ ਪ੍ਰਕਾਸ਼ ਹੈ ਅੰਦਰ ਇਸ ਤਰ੍ਹਾਂ ਵੈਰਾਗ ਦੇ ਪਿਆਰ ਪਰੇ ਪਹੁੰਚੇ ਪਾਸ ਤੇ ਲੀਟ ਗਏ ਚਰਨਾ ਵਿੱਚ ਬੇਬਲੋ ਕੇ ਸ੍ਰੀ ਗੁਰੂ ਜੀ ਨੇ ਗੋਦ ਵਿੱਚ ਲੈ ਲਿਆ ਸੀ ਤੇ ਕੁੱਟ ਕੇ छाती ਨਾਲ ਲਾ ਲਿਆ ਤੇ ਪਿਆਰ ਦਿੱਤਾ ਫਿਰ ਬੋਲੇ ਪੁਰਖਾ ਮੈਂ ਕਿਤੇ ਚਲਿਆ ਨਹੀਂ ਪਰਮ ਜੋਤ ਵਿੱਚ ਨਿਵਾਸ ਕਰਨ ਲੱਗਾ ਹਾਂ ਪਰਮ ਜੋਤ ਤੇਰੇ ਹਿਰਦੇ ਵਸਾ ਦਿੱਤੀ ਹੈ ਸੋ ਮੈਂ ਵਿਛੜਨ ਨਹੀਂ ਲੱਗਾ ਤੇਰੇ ਕੋਲ ਹਾਂ ਗੁਰੂ ਅਮਰਦਾਸ ਜੀ ਨੇ ਸਿਰ ਉੱਚਾ ਕੇ ਚਿਹਰੇ ਵੱਲ ਤੱਕਿਆ ਬੋਲੇ ਪਰ ਜਿਓ ਪਰ ਜਿਓ ਆਖ ਦੇ ਨੈਣਾ ਵਿੱਚ ਜਲ ਘਟਾਂ ਚੜਾਈਆਂ ਗਲਾ ਗਦਗਦ ਹੋ ਗਿਆ ਚਿਹਰੇ ਤੇ ਅਤ ਬਿਰਹ ਦੀ ਪਿਲਤਣ ਤੇ ਫਿਰ ਚਟਾਸ ਫਿਰ ਗਈ ਗੁਰੂ ਜੀ ਨੇ ਲਖ ਲਿਆ ਜੋ ਕੁਝ ਅੰਦਰ ਵਰਤ ਰਿਆ ਸੀ ਸਿਰ ਤੇ ਹੱਥ ਫੇਰਿਆ ਜੀਵਨ ਰੂਮ ਦਾ ਦੇਣ ਵਾਲਾ ਕੋਟ ਕੇ ਫਿਰ ਛਾਤੀ ਨਾ ਲਾ ਲਿਆ ਕੁਚਿਰ ਪਿਆਰ ਨਾਲ ਬਿਰਹ ਦਾ ਦਾਰੂ ਕਰਕੇ ਬੋਲੇ ਪੁਰਖਾ ਪਾਰ ਬ੍ਰਹਮ ਕੇ ਪੰਥ ਕੇ ਵਾਸਤੇ ਕਿਆਸੀ ਤੁਮ ਕਿਰਪਾ ਕੀ ਨਜ਼ਰ ਕਰਨੀ ਜਗਤ ਕੇ ਜੀਵ ਹੈ ਇਨਕੇ ਪਰਮੇਸ਼ਰ ਕਾ ਉਪਦੇਸ਼ ਦਰੜਾਵੇ ਮਹਿਮਾ ਪ੍ਰਕਾਸ਼ ਗੁਰੂ ਨਾਨਕ ਦਾ ਹੁਕਮ ਐਸੀ ਆਸਾਨੂ ਹੋਣ ਹੈ ਤੁਸਾਂ ਨੂੰ ਅਸਾਂ ਜਾਣਾ ਤੁਸਾਂ ਰਹਿਣਾ ਹੈ ਸਾਡਾ ਕੰਮ ਕਰਨਾ ਹੈ ਹਾਂ ਤੁਸਾਂ ਸਾਡੇ ਪਿੱਛੇ ਰਹਿ ਕੇ ਜਗਤ ਉਧਾਰ ਕਰਨਾ ਹੈ ਇਸ ਕਾਰਜ ਵਿੱਚ ਤੁਸੀਂ ਸਾਨੂੰ ਆਪਣੇ ਨਾਲ ਨਜਾਨਨ ਸਮਾਦੀ ਵਿੱਚ ਅੰਦਰ ਵਰਤ ਦੇ ਦੇਖਣਾ ਬਾਹਰ ਬ੍ਰह्म ਦ੍ਰਿਸ਼ਟੀ ਵਿੱਚ ਆਪਣੇ ਅੰਗ ਸੰਗ ਤਕਣਾ ਵਿਛੋੜਾ ਨਹੀਂ ਹੋਣ ਲੱਗਾ ਮੈਂ ਨਾ ਆਣਾ ਹੈ ਨਾ ਜਾਣਾ ਆਪਣੇ ਪਰਮਾਤਮ ਰੂਪ ਵਿੱਚ ਸਮਾਉਣਾ ਹੈ ਇਸ ਤਰ੍ਹਾਂ ਪਿਆਰ ਤੇ ਸਮਝੋਤੀਆਂ ਦੇ ਕੇ ਇੱਕੋ ਵਾਹਿਗੁਰੂ ਜੋਤ ਦੀਆਂ ਦੋ ਮੂਰਤੀਆਂ ਹੋ ਬੈਠੀਆਂ ਨਾਲੋਂ ਨਾਲ ਸੰਗਤ ਪ੍ਰੇਮਪੂਰਵ ਦਰਸ਼ਨ ਕਰ ਕਰ ਵਿਸਮਾ ਹੋ ਰਹੀ ਸੀ ਗੁਰੂ ਅੰਗਦ ਦੇਵ ਜੀ ਦੇ ਚਿਹਰੇ ਤੇ ਇੱਕ ਲਾਲੀ ਭਾ ਚਮਕ ਰਹੀ ਸੀ ਮਾਨੋ ਕੋਈ ਖੁਸ਼ੀ ਦਾ ਕਾਰਜ ਹੋ ਰਿਹਾ ਹੈ ਹੁਣ ਸ੍ਰੀ ਗੁਰੂ ਅਮਰਦਾਸ ਜੀ ਨੇ ਆਗਿਆ ਹੋਈ ਕਿ ਲੰਗਰ ਵਿੱਚ ਜਾ ਕੇ ਸੰਗਤ ਨੂੰ ਨਾਲ ਲੈ ਜਾਓ ਆਪ ਵਿੱਚ ਬੈਠ ਕੇ ਛਕੋ ਤੇ ਸੰਗਤ ਨੂੰ ਨਾਲ ਛਕਾਓ ਫਿਰ ਸਾਰੇ ਇੱਥੇ ਆ ਜਾਓ ਹੁਕਮ ਮੰਨ ਕੇ ਸਭ ਲੰਗਰ ਨੂੰ ਗਏ ਇੱਥੇ ਸੋਹਣਾ ਜਗ ਦਾ ਸਾਮਾਨ ਸੀ ਇਧਰ ਗੁਰੂ ਜੀ ਮਗਨ ਹੋ ਗਏ ਆਪਣੇ ਰੰਗ ਵਿੱਚ ਉਧਰ ਸਿੱਖ ਪੰਗਤ ਲਾ ਬੈਠੇ ਸ਼ਬਦ ਪੜਦੇ ਸਭ ਨੇ ਛਕਿਆ ਪਹਿਲੀ ਪੰਗਤ ਛਕ ਕੇ ਗੁਰੂ ਕੇ ਹਜ਼ੂਰ ਆ ਗਈ ਸ੍ਰੀ ਗੁਰੂ ਅਮਰਦਾਸ ਜੀ ਬਾਕੀ ਪੰਗਤਾਂ ਨੂੰ ਪ੍ਰਸ਼ਾਦ ਛਕਾਉਣ ਦੇ ਪ੍ਰਬੰਧ ਵਿੱਚ ਰਹੇ ਜਦ ਛੇ ਕਰਨਲੀ ਪੰਗਤੀ ਚੂਲਾ ਕਰ ਹਟੀ ਤਾਂ ਖਬਰ ਆਈ ਕਿ ਗੁਰੂ ਜੀ ਗੱਦੀ ਤੇ ਬੈਠੇ ਬੈਠੇ ਹੀ ਲੋਪ ਹੋ ਗਏ ਹਨ ਇਹ ਸੁਣ ਕੇ ਸਾਰੇ ਟੁਰ ਪਏ ਜਦ ਪਹੁੰਚੇ ਤਾਂ ਸੱਚਮੁੱਚ ਗੁਰੂ ਜੀ ਗੱਦੀ ਤੇ ਬੈਠੇ ਦ੍ਰਿਸ਼ਟ ਨਹੀਂ ਸੰਪੰਦੇ ਇਹ ਤੱਕ ਕੇ ਸ੍ਰੀ ਗੁਰੂ ਅਮਰਦਾਸ ਜੀ ਸਿੰਘਾਸਨ ਮੂਰੇ ਖੜੇ ਹੋ ਗਏ ਤੇ ਚੁੱਪ ਅਰਦਾਸ ਵਿੱਚ ਲੀਨ ਹੋ ਗਏ ਕਿ ਦਰਸ਼ਨ ਦਿਓ ਜਦੋਂ ਆਪ ਜੀ ਨੇ ਨੈਣ ਖੋਲੇ ਤਾਂ ਸ੍ਰੀ ਗੁਰੂ ਜੀ ਪਰਤਖ ਸਿੰਘਾਸਨ ਤੇ ਬਿਰਾਜਮਾਨ ਸਨ ਆਪਨੇ ਪੁੱਛਿਆ ਪਾਤਸ਼ਾਹ ਇਹ ਲੀਲਾ ਲਖੀ ਨਹੀਂ ਗਈ ਗੁਰੂ ਜੀ ਬੋਲੇ ਪੁਰਖਾ ਸਿੱਖਾਂ ਵਿੱਚ ਕੋਈ ਸੰਸਾ ਉੱਭਜਿਆ ਸੀ ਨਿਵਰਤ ਕਰ ਦਿੱਤਾ ਹੈ ਜੋ ਸਿੱਖ ਮਨ ਨੇਚੇ ਦੇ ਕਰ ਰਹੇ ਸਿੱਖ ਦੀ ਸਤਗਤੀ ਸਰਦਾ ਵਿੱਚ ਹੈ ਪੁਰਖਾ ਤਤਾਂ ਨਿਤਾਂ ਵਿੱਚ ਜਾ ਮਿਲਣਾ ਹੈ ਅਗਨੀ ਨਾਲ ਮਿਲ ਕੇ ਤਾਂ ਮਿੱਟੀ ਨਾਲ ਮਿਲ ਕੇ ਤਾਂ ਜਲ ਨਾਲ ਮਿਲ ਕੇ ਤਾਂ ਜੋ ਆਤਮ ਸ਼ਕਤੀ ਨਾਲ ਆਪੇ ਮੇਲ ਲਈ ਤਾਂ ਗੁਪਤ ਪ੍ਰਗਟ ਕਰਤਾਰ ਦੇ ਰੰਗ ਹਨ ਦੋਹਾਂ ਦੇ ਅੰਤ ਇਹੋ ਹਨ ਬਾਕੀ ਰਹੀ ਜੋਤ ਸੋ ਨਿਰਮਲ ਜੋਤ ਵਿੱਚ ਨਿਰਮਲ ਜੋਤ ਫਿਰ ਬੋਲੇ ਸੁਣ ਪੁਰਖਾ ਹੁਣ ਨਹੀਂ ਉਧਰਨ ਅਸਾਂ ਜਾਣਾ ਤੁਸਾਂ ਰਹਿਣਾ ਹੈ ਸ਼ਬਦ ਕੀਰਤਨ ਕਰੋ ਤੇ ਮੰਗਲ ਮਨਾਓ ਬੈਠੇ ਬੈਠੇ ਦੇ ਦੇ ਲੋਭ ਹੋਣ ਦਾ ਰੋਲਾ ਸੁਣ ਕੇ ਹੁਣ ਪੁੱਤਰ ਵੀ ਆ ਗਏ ਸੀ ਉਹਨਾਂ ਨੇ ਅੰਤਮ ਵਾਕ ਆ ਸੁਣੇ ਸਮਝ ਗਏ ਕਿ ਆਪ ਹੁਣ ਸਮਾ ਰਹੇ ਹਨ ਬੋਲੇ ਪਿਤਾ ਜੀ ਆਪਣੇ ਚਲਾਣੇ ਦੀ ਆਗਿਆ ਕਰ ਰਹੇ ਹੋ जीवन भर आप जी जगत व्यवहारों तो संकोच ही करते रहे हो आग्ञा कर दो जो आप दे संस्कार करने हैं। जो कुछ उस वेले गुरु जी ने आग्ञा की थी, महमा प्रकाश विच लिखी है तब श्री मुख गुरबचन उचारा क्रिया ओ कुलचारा, हमारे काज कछु नहीं करना नहीं करना को जग आचरना हर भजन करो पीछे मम प्यारे ਕਰੋ ਆਨੰਦ ਮੰਗਲ ਸੁਕਾਰੇ ਦੇਹ ਸੰਸਕਾਰ ਅਗਨੋਂ ਮੋ ਕਰਨਾ ਕੀਰਤਨ ਭਜਨ ਤੋਖ ਚਿਤ ਤਰਨਾ ਮਹਿਮਾ ਪ੍ਰਕਾਸ਼ ਪੁੱਤਰਾਂ ਨੂੰ ਉਤਰ ਦੇ ਕੇ ਫਿਰ ਸ੍ਰੀ ਗੁਰੂ ਜੀ ਸੰਗਤ ਵੱਲ ਤੱਕੇ ਤੇ ਕੁਝ ਬਚਨ ਕੀਤੇ ਜੋ ਮਹਿਮਾ ਪ੍ਰਕਾਸ਼ ਵਿੱਚ ਐਵੇਂ ਲਿਖੇ ਹਨ ਕਯੋ ਦਇਆਲ ਸੰਗਤ ਸਮਝਾਏ ਸਤ ਉਪਦੇਸ਼ ਦਿੜੋ ਸਤ ਪਾਏ ਪ੍ਰਗਟ ਰੂਪ ਗੁਰ ਅਮਰਮਮ ਜਾਨੋ संसा भेद न मनमो आनो अमर गुरु निज रूप मम यामो ना ही भेद जो अपेद जान है गुरु नहीं जन्म मरण एक है चो इनके हाथ मुकत के द्वारा की हाचह सब जगत उदारा शरण पय सोई जगतर पाव सागर सिख पार उतरे ए आह के संगत वल तके नैण भर के आशीर्वाद भरे नैणा नाल, परे, नैना नाल। ਫਿਰ ਦ੍ਰਿਸ਼ਟ ਪਾਈ ਗੁਰੂ ਅਮਰਦਾਸ ਤੇ ਤੁਠਵੀ ਮੇਰ ਦੀ ਤੇ ਗਿਆਨਮਈ ਚੁੱਪ ਛਾ ਗਈ ਸਤਗੁਰ ਨੇ ਹੁਣ ਨੈਣ ਵੀ ਬੰਦ ਕਰ ਲਏ ਸੋਹਣੇ ਅੰਮ੍ਰਿਤ ਭਰੇ ਨੈਣ ਜਿਨ੍ਹਾਂ ਦੀ ਅੰਮ੍ਰਿਤ ਧਾਰ ਦ੍ਰਿਸ਼ਟੀ ਪੈਣ ਨਾਲ ਜਗਤ ਮਨਾਂ ਦੇ ਕਲੇਸ਼ ਤੇ ਸ਼ਰੀਰਾਂ ਦੇ ਰੋਗ ਦੂਰ ਹੁੰਦੇ ਸਨ ਬੰਦ ਕਰ ਲੈ ਨੈਣ ਗੁਰਮੁਖਾਂ ਦੇ ਦੀਦਾਰਿਆਂ ਨਾਲ ਪ੍ਰਸੰਨ ਹੋਣ ਵਾਲੇ ਨੇ ਬੰਦ ਕਰ ਲੇ ਗੁਰੂ ਅਮਰਦਾਸ ਨੂੰ ਵੇਖ ਵੇਖੀ ਵੀ ਹੋਣ ਵਾਲੇ ਨੇ ਬੰਦ ਕਰ ਲੇ ਦੇਖ ਕੇ ਅੰਡਿਤ ਕਰਨ ਵਾਲੇ ਭ੍ਰਮ ਦ੍ਰਿਸ਼ਟੀ ਵਿੱਚ ਰਹਿਣ ਵਾਲੇ ਨੇ ਇਸ ਤਰ੍ਹਾਂ ਮੀਟੇ ਨੈਣਾ ਵਿੱਚ ਬੈਠੇ ਲੇਟ ਗਏ ਸਿੰਘਾਸਨ ਉਪਰੀ ਚਾਦਰ ਤਾਣ ਲਈ ਸਰੀਰ ਉੱਤੇ ਸੌਂ ਗਏ ਲੇਟੇ ਲੇਟੇ ਹੀ ਹਾਂ ਅਜ ਸਦਾ ਦੀ ਨੀਂਦੇ ਸਵਾ ਦਿੱਤਾ ਸਰੀਰ ਨੂੰ ਸੋਹਣੇ ਪਵਿੱਤਰ ਨੇਕੀ ਦੇ ਪੁੰਜ ब्रह्म ਦੇ ਰੂਪ ਨੂੰ ਅੰਦਰ ਲਈ ਬੈਠੇ ਸ਼ਰੀਰ ਨੂੰ ਸਵਾਦ ਦਿੱਤਾ ਸਦਾ ਲਈ ਜੋ ਤਿਆਗ ਗਈ ਸੋਹਣੇ ਸ਼ਰੀਰ ਨੂੰ ਜਿਵੇਂ ਤਿਆਗ ਜਾਂਦੀ ਹੈ ਸੁਗੰਧੀ ਫੁੱਲ ਨੂੰ ਜਾਰ ਲਈ ਜੋਤ ਸਦਾ ਜਾਗਦੀ ਜੋਤ ਵਿੱਚ ਜਿਵੇਂ ਕਲਸ਼ ਯਾਨੇ ਘੜੇ ਵਿੱਚ ਲਸਦੇ ਚੰਦ ਦੀ ਜੋਤ ਸਮਾ ਜਾਂਦੀ ਹੈ ਗਗਨਾ ਵਿੱਚ ਲਸਦੇ ਚੰਦ ਦੀ ਜੋਤ ਕਲਸ਼ ਯਾਨੇ ਘੜੇ ਦੇ ਬਿਲਾ ਕੇ ਜੋਤੀ ਅੰਦਰ ਜੋਤ ਸਮਾਣੀ आप पछाता आपे तुहारी महला पहला ज्योत माहे रही जोत समाए जिम जल मोट टुल जल मिल जाए सुन माहे ज्यों सुन समाई अकथ कथा गुरलखी न जाई मैमा माँ प्रकाश वाहिगुरु जी का खालसा वाहिगुरू जी की फतेह